ਹੈਲੋ ਗਾਇਜ਼, ਕਿਵੇਂ ਜੀ ਸਾਰੇ? ਹੋਪ ਸਾਰੇ ਘੈਂਟ ਹੋਊਗੇ। ਵੈਲਕਮ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਦਿਵਰਾਜ ਵਲੋਗਸ 'ਤੇ। ਅਤੇ ਬਾਕੀ ਹੁਣ ਆਪਾਂ ਜਾਵਾਂਗੇ ਜੀ ਸੈਚਰਡੇ 23 ਤਰੀਕ ਨੂੰ ਆਨੰਦਪੁਰ ਸਾਹਿਬ, ਹੈ ਨਾ, ਅਤੇ ਉਹਦੀ ਤਿਆਰੀ ਚੱਲਦੀ ਪਈ ਆ। ਅਤੇ ਬਾਕੀ ਮੋਟਰਸਾਈਕਲ ਆਪਾਂ ਹੁਣ ਤਿਆਰ ਕਰਨ ਲੱਗੇ ਹਾਂ। ਅਤੇ ਬਾਕੀ ਅੱਜ ਮੈਂ ਤੁਹਾਨੂੰ ਦਿਖਾਉਂਦਾ ਅੱਜ ਕੀ ਕੁਛ ਕਰਾਂਗੇ। ਅਤੇ ਬਾਕੀ ਇਹਦੀਆਂ ਥੋੜ੍ਹੀਆਂ ਲਾਈਟਾਂ ਥੱਲੇ ਵਾਲੀਆਂ ਖਰਾਬ ਸੀ, ਅੱਜ ਉਹ ਸੈੱਟ ਕਰਦੇ ਹਾਂ, ਹੈ ਨਾ। ਅਤੇ ਬਾਕੀ ਅੱਜ ਜਾ ਕੇ ਇਹਦੇ ਝੰਡੇ ਵਾਲਾ ਐਂਗਲ ਵੀ ਬਣਾਉਣਾ ਜੀ, ਅਤੇ ਝੰਡਾ ਲੱਗਦਾ। ਅਤੇ ਬਾਕੀ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ। ਅਤੇ ਬਾਕੀ ਹੁਣ ਮੈਂ ਮੋਟਰਸਾਈਕਲ ਦਿਖਾਉਂਦਾ, ਮੋਟਰਸਾਈਕਲ ਪੂਰਾ ਐਨ ਗੰਦਾ ਹੋਇਆ ਪਿਆ। ਅਤੇ ਬਾਕੀ ਮੋਟਰਸਾਈਕਲ ਦੀ ਵਾਸ਼ਿੰਗ ਥੋੜ੍ਹੇ ਟਾਈਮ ਤੱਕ ਕਰਾਵਾਂਗੇ, ਹੈ ਨਾ, ਕਿਉਂਕਿ ਫਿਰ ਲਿਬੜ ਜਾਣਾ ਜੇ ਹਫ਼ਤਾ ਪਿਆ। ਅਤੇ ਬਾਕੀ ਦੀਆਂ ਲਾਈਟਾਂ ਸੈੱਟ ਕਰਕੇ ਲਾਉਂਦੇ ਹਾਂ ਫਿਰ ਤੁਹਾਨੂੰ ਦਿਖਾਉਂਦਾ। ਅਤੇ ਬਾਕੀ ਇਹ ਰਾਹ ਖੜਾਇਆ ਮੈਂ ਜੀ ਮੋਟਰਸਾਈਕਲ, ਹੈ ਨਾ। ਅਤੇ ਬਾਕੀ ਤੁਹਾਨੂੰ ਮੈਂ ਲਾਈਟਾਂ ਵੀ ਦੱਸਦਾ ਕਿਹੜੀਆਂ ਖਰਾਬ ਨੇ। ਅਤੇ ਬਾਕੀ ਨੇਮਸ ਚੈੱਕ ਕਰ ਲਓ ਜੀ, ਕਿੰਨੇ ਸਾਰੇ ਲਿਖ ਚੁੱਕੇ ਹਾਂ, ਹੈ ਨਾ। ਆਪਾਂ ਆਹ ਚੈੱਕ ਕਰੋ ਜੀ, ਬਾਕੀ ਕਾਫੀ ਸਾਰੇ ਨੇਮ ਲਿਖਤੇ ਆ। ਅਤੇ ਬਾਕੀ ਹਜੇ ਕਾਫੀ ਥਾਂ ਪਈ ਆ ਹਜੇ ਵੀ ਲਿਖਾਂ ਦੇ ਨੇਮ। ਅਤੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਹੈ ਨਾ, ਅਤੇ ਆਪਣਾ ਨੇਮ ਕਮੈਂਟ ਕਰ ਦਿਓ, ਤੁਹਾਡਾ ਨੇਮ ਵੀ ਆਪਣੇ ਸਪਲੈਂਡਰ 'ਤੇ ਲਿਖ ਦਾਂਗੇ। ਅਤੇ ਬਾਕੀ ਹੁਣ ਆਪਾਂ ਇਹਦੀਆਂ ਲਾਈਟਾਂ ਮੈਂ ਤੁਹਾਨੂੰ ਦੱਸਦਾ ਕਿਹੜੀਆਂ ਖਰਾਬ ਨੇ। ਅਤੇ ਆਹ ਦੇਖੋ ਜੀ, ਮੈਂ ਆਹ ਜਿਹੜੀਆਂ ਲਾਈਟਾਂ ਲਾਈਆਂ ਸੀ ਨਾ ਆਪਾਂ ਥੱਲੇ, ਅਤੇ ਇਹਨਾਂ ਦੀ ਆਹ ਦੇਖੋ ਫੈਬਰਿਕ ਇੱਕ ਵੀ ਉੱਧੜ ਗਈ ਸੀ। ਅਤੇ ਆਹ ਦੇਖੋ ਕਿੱਥੇ ਵਾੜੀਆਂ ਹੋਈਆਂ ਵਾ, ਮਤਲਬ ਸਕੂਲੇ ਗਿਆ ਸੀ ਨਾ, ਅਤੇ ਉੱਥੇ ਉੱਤਰ ਗਈ ਸੀ ਇਹਨਾਂ ਦੀ ਫੈਬਰਿਕ ਇੱਕ, ਇਹਨਾਂ ਦੀ ਫੈਬਰਿਕ ਜੀ ਉੱਤਰ ਗਈ ਸੀ, ਤਾਂ ਮੈਂ ਇੱਥੇ ਵਾੜਤੀਆਂ ਸੀਗੀਆਂ ਕਿ ਗਿਰਨ ਨਾ ਥੱਲੇ। ਅਤੇ ਬਾਕੀ ਹੁਣ ਆਹ ਸੈਟਿੰਗੀਆਂ ਕਰਕੇ ਚਿਪਕਾਉਂਦੇ ਹਾਂ ਇਹਦੇ ਥੱਲੇ, ਅਤੇ ਇਹਨਾਂ ਦੀ ਵਾਇਰਿੰਗ ਕਰਨੀ ਆ, ਵਾਇਰਿੰਗ ਵੀ ਉੱਤਰ ਗਈ ਸੀ। ਅਤੇ ਬਾਕੀ ਇਹਨਾਂ ਦੀ ਵਾਇਰਿੰਗ ਕਰਦੇ ਹਾਂ, ਵਾਇਰਿੰਗ ਵੀ ਤੁਹਾਨੂੰ ਦੱਸਦਾ, ਸਵਿੱਚ ਲਾਉਣਾ, ਹੈ ਨਾ, ਇਹਨਾਂ 'ਚ ਪਹਿਲਾਂ ਸਵਿੱਚ ਨਹੀਂ ਲਾਇਆ ਸੀ, ਹੁਣ ਸਵਿੱਚ ਲਾਵਾਂਗੇ, ਅਤੇ ਉਹ ਵੀ ਤੁਹਾਨੂੰ ਦਿਖਾਉਣਾ। ਅਤੇ ਬਾਕੀ ਇਹਨਾਂ ਨੂੰ ਫੈਬਰਿਕ ਨਾਲ ਚਿਪਕਾ ਲਾਂ ਫਿਰ ਤੁਹਾਨੂੰ ਦਿਖਾਉਣਾ। ਅਤੇ ਬਾਕੀ ਇਹਦਾ ਚੈੱਕ ਕਰ ਸਕਦੇ ਜੀ, ਵਾਇਰਿੰਗ ਦਾ ਮੈਂ ਟਾਪਾ ਵੀ ਖੋਲ ਲਿਆ, ਹੈ ਨਾ, ਵਾਇਰਿੰਗ ਦਾ ਵੀ ਕੰਮ ਚੱਲ ਰਿਹਾ। ਅਤੇ ਬਾਕੀ ਆਹ ਵੀ ਕੱਢ ਲਈਆਂ ਸੀ। ਅਤੇ ਬਾਕੀ ਹੁਣ ਇਹਦੇ ਵਾਇਰਿੰਗ ਕਰੀਏ, ਹੈ ਨਾ, ਤਾਰਾਂ ਬਹੁਤ ਆਉਂਦੀਆਂ, RGB ਹੈ ਨਾ, ਅਤੇ ਆਹ ਦੇਖੋ ਚਾਰ ਚਾਰ ਤਾਰਾਂ ਆਉਂਦੀਆਂ। ਅਤੇ ਬਾਕੀ ਆਹ ਪੂਰੀਆਂ ਦਿਮਾਗ ਲਾ ਕੇ ਸੈੱਟ ਕਰਨੀ ਪੈਂਦੀਆਂ। ਅਤੇ ਬਾਕੀ ਆਹ ਸੈੱਟ ਹੋ ਜਾਣ, ਅਤੇ ਬਾਕੀ ਆਹ ਫਿਰ ਇੱਕ ਨਾਲ ਲਾ ਕੇ ਫਿਰ ਤੁਹਾਨੂੰ ਚੰਗਾ ਚਲਾ ਕੇ ਦਿਖਾਉਂਦੇ ਹਾਂ ਕਿ ਕਿੰਨੇ ਰੰਗ ਛੱਡਦੀਆਂ ਨੇ, ਹੈ ਨਾ, RGB ਮਤਲਬ ਰੰਗ ਬਰੰਗੀਆਂ। ਅਤੇ ਬਾਕੀ ਇੱਥੇ ਵੀ ਲੱਗੀਆਂ ਥੱਲੇ ਕਿੱਥੇ ਗਈਆਂ, ਆਹ ਦੇਖੋ ਜੀ ਦੋ ਇੱਥੇ ਲੱਗੀਆਂ, ਹੈ ਨਾ, ਅਤੇ ਸਾਰੀਆਂ ਚਲਾਵਾਂਗੇ, ਤੁਹਾਨੂੰ ਦਿਖਾਉਂਦੇ ਹਾਂ ਸਰ। ਅਤੇ ਬਾਕੀ ਗੱਲ ਆਹ ਚੈੱਕ ਕਰ ਸਕਦੇ ਜੀ, ਫੈਬਰਿਕ ਵੀ ਲਾਤੀ, ਹੈ ਨਾ, ਥੱਲੇ ਲਾਈਟਾਂ ਵੀ ਚਿਪਕਾਤੀਆਂ, ਅਤੇ ਨਾਲੇ ਸਵਿੱਚ ਵੀ ਲਾਤਾ, ਦੇਖੋ ਹੁਣ ਸਵਿੱਚ 'ਤੇ ਜਗਦੀਆਂ ਨੇ। ਅਤੇ ਬਾਕੀ ਆਹ ਦੇਖੋ ਸਵਿੱਚ 'ਤੇ ਜਗਣ ਲੱਗ ਗਈਆਂ, ਜਗਦੀਆਂ ਨੇ ਨਾ, ਅਤੇ ਹੁਣ ਆਹ ਸਵਿੱਚ ਨਾ ਆਫ ਹੋ ਜਾਣੀ ਆ। ਆਹ ਦੇਖੋ ਜੀ ਔਨ ਆਫ, ਔਨ ਆਫ। ਅਤੇ ਬਾਕੀ ਪਹਿਲਾਂ ਆਪਾਂ ਸਵਿੱਚ ਨਹੀਂ ਲਾਇਆ ਸੀ ਰਿਮੋਟ 'ਤੇ, ਕਿਉਂਕਿ ਰਿਮੋਟ 'ਚ ਵੀ ਔਨ ਆਫ ਦਾ ਆਪਸ਼ਨ ਹੈਗਾ ਨਾ। ਅਤੇ ਬਾਕੀ ਹੁਣ ਆਪਾਂ ਸਵਿੱਚ ਲਾਤਾ, ਅਤੇ ਬਾਕੀ ਹੁਣ ਇਹਦੇ ਟਾਪਿਆਂ 'ਤੇ ਵੀ ਆਪਾਂ ਆਹ ਲਾਉਣੇ ਸਪਲੈਂਡਰ ਪਲੱਸ ਵਾਲੇ, ਆਹ ਲਿਆ ਕੇ ਰੱਖੇ ਅਸੀਂ, ਲਾਏ ਨਹੀਂ। ਅਤੇ ਬਾਕੀ ਆਹ ਵੀ ਲਾ ਲਈਏ ਫਿਰ ਤੁਹਾਨੂੰ ਦਿਖਾਉਣਾ। ਲੋ ਵੀ ਗਾਇਜ਼, ਹੁਣ ਆ ਗਏ ਸੀ ਜੀ ਆਪਾਂ ਬਾਹਰ ਮੋਟਰਸਾਈਕਲ 'ਤੇ, ਆਪਾਂ ਹੋਲੋਗ੍ਰਾਮ ਵੀ ਲਾ ਲਏ ਸੀ, ਹੈ ਨਾ, ਸਪਲੈਂਡਰ ਪਲੱਸ ਵਾਲੇ ਦੋਨੋਂ ਪਾਸੇ। ਅਤੇ ਬਾਕੀ ਆ ਨਾਲ ਆਪਣੇ ਅਮਨ ਵੀ ਆ, ਹੋਰ ਕਿਵੇਂ ਹੈ? ਅਤੇ ਬਾਕੀ ਮੈਨੂੰ ਤਾਂ ਮਿਲਦਾ ਜੀ ਤੁਹਾਡੇ ਨਾਮ ਲਾਉਣ ਨੂੰ, ਕਹਿੰਦੇ ਹੁੰਦੇ ਆ ਕਿਵੇਂ। ਅਤੇ ਬਾਕੀ ਹੁਣ ਆਪਾਂ ਜੀ ਇਹਦੇ ਜਿਹੜਾ ਐਂਗਲ ਬਣਦਾ ਹੁੰਦਾ ਨਾ ਝੰਡੇ ਵਾਲਾ, ਉਹਦਾ ਦੇਖਣ ਚੱਲੇ ਹਾਂ ਕਿ ਉਹ ਕਿਵੇਂ ਬਣੂ, ਹੈ ਨਾ, ਅਤੇ ਉਹ ਵੀ ਤੁਹਾਨੂੰ ਵੀ ਦੱਸਾਂਗੇ ਕਿਵੇਂ ਬਣਦਾ। ਅਤੇ ਬਾਕੀ ਹੁਣ ਆਪਾਂ ਦੁਕਾਨ 'ਤੇ ਚੱਲਦੇ ਹਾਂ, ਅਤੇ ਇਹਦੇ ਸਪਲੈਂਡਰ ਨੂੰ ਆਪਾਂ ਕਨਵਰਟ ਕਰਨਾ, ਅਤੇ ਆਪਾਂ ਨੈਕਸਟ ਵਲੌਗ ਪਾਵਾਂਗੇ ਉਹਦਾ ਪੂਰਾ ਪ੍ਰੋਪਰ, ਹੈ ਨਾ, ਅਤੇ ਇਹਦੀ BSX 'ਚ ਕਨਵਰਟ ਕਰ ਰਹੇ ਹਾਂ ਆਪਾਂ ਸਪਲੈਂਡਰ, ਅਤੇ ਉਹ ਤੁਹਾਨੂੰ ਦਿਖਾਵਾਂਗੇ, ਹੈ ਨਾ, ਕਿ ਲੁੱਕ ਕਿਵੇਂ ਬਣਦੀ ਹੈ ਅਤੇ ਹੁਣ ਕਿੱਦਾਂ ਦਾ। ਅਤੇ ਬਾਕੀ ਹੁਣ ਆਪਾਂ ਸ਼ੋਪ 'ਤੇ ਚੱਲਦੇ ਹਾਂ, ਅਤੇ ਐਂਗਲ ਦਾ ਦੱਸਦੇ ਹਾਂ ਤੁਹਾਨੂੰ ਕਿਵੇਂ ਬਣਦਾ ਜਗਾੜ। ਅਤੇ ਬਾਕੀ ਗਾਇਜ਼, ਸ਼ੋਪ 'ਤੇ ਅਸੀਂ ਆ ਗਏ ਸੀਗੇ, ਅਤੇ ਬਾਕੀ ਸਪਲੈਂਡਰ ਪਲੱਸ ਲੱਗਾ, ਦੱਸੋ ਕਿਵੇਂ, ਵਧੀਆ ਲੱਗ ਰਿਹਾ? ਵਧੀਆ ਲੱਗਦਾ ਨਾ ਸਪਲੈਂਡਰ ਪਲੱਸ ਲੱਗਣ ਤੋਂ ਬਾਅਦ? ਘੰਟਾ ਲੱਗੂਗਾ, ਫਿਰ ਤੇਰਾ ਟੇਪ ਕਰਾਉਣ ਚੱਲਦੇ ਹਾਂ ਹੁਣ, ਅਤੇ ਬਾਕੀ ਥੋੜ੍ਹਾ ਟਾਈਮ ਲੱਗੂਗਾ, ਅਤੇ ਫਿਰ ਤੁਹਾਨੂੰ ਮਿਲਦੇ। ਬਾਕੀ ਗਾਇਜ਼, ਬਣਨਾ ਸ਼ੁਰੂ ਹੋ ਗਿਆ ਜੀ, ਆਹ ਪੈਪਾਂ ਨਾਲ ਬਣ ਜਾਣਾ, ਹੈ ਨਾ, ਅਤੇ ਬਾਕੀ ਉਰੇ ਬਣਨ ਲੱਗਾ, ਅਤੇ ਬਾਕੀ ਫਿਰ ਤੁਹਾਨੂੰ ਦਿਖਾਉਂਦੇ ਹਾਂ, ਅਤੇ ਤੁਹਾਨੂੰ ਦੱਸ ਵੀ ਦਿੰਦੇ ਹਾਂ ਕਿਵੇਂ ਬਣਨਾ। ਇੱਕ ਆਹ ਪੱਤੀ ਆ, ਅਤੇ ਇੱਕ ਉਹ ਪੈਪ ਆ, ਹੈ ਨਾ, ਉਹਦੇ ਨਾਲ ਬਣ ਜਾਣਾ, ਅਤੇ ਬਾਕੀ ਆਹ ਬਾਈ ਨੇ ਬਣਾ ਦੇਣਾ। ਅਤੇ ਬਾਕੀ ਆਪਾਂ ਫਿਰ ਫਿੱਟ ਕਰਦੇ ਹਾਂ, ਫਿਰ ਤੁਹਾਨੂੰ ਦਿਖਾਉਂਦੇ ਹਾਂ, ਸੁਰਾਖ ਵੀ ਕੱਢ ਦੇਣਾ ਇਹਨਾਂ ਨੇ, ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਫਿਰ ਲੁੱਕ ਕਿੱਦਾਂ ਦੀ ਬਣਦੀ ਆ।
ਤੇ ਬਾਕੀ ਯਾਰ ਫਿਰ ਮੈਂ ਘਰੇ ਆ ਗਿਆ ਸੀਗਾ ਤੇ ਬਾਕੀ ਉਦੋਂ ਬੈਟਰੀ ਫੋਨ ਦੀ ਥੋੜ੍ਹੀ ਜਿਹੀ ਘੱਟ ਸੀਗੀ ਹੈ ਨਾ, ਅਤੇ ਹੁਣ ਬਾਕੀ ਮੈਂ ਆਹ ਸਿਸਟਮ ਬਣਾਇਆ ਨਾ, ਆਹ ਦੇਖੋ ਜਿਹੜਾ ਇੱਕ ਇੱਥੇ ਨਟ 'ਚ ਇੱਥੇ ਸਰਾਕ ਕੀਤਾ ਸੀ ਹੈ ਨਾ ਪੱਤੀ 'ਚ, ਆਹ ਪੱਤੀ ਇੱਕ ਇੱਥੇ ਵੈਲਡਿੰਗ ਹੋਈ ਆ ਅਤੇ ਇੱਥੇ ਸਰਾਕ ਕਰਕੇ ਆਹ ਐਕਸਲ 'ਚ ਲੱਗ ਗਿਆ ਹੈ ਨਾ, ਅਤੇ ਉਸ ਤੋਂ ਬਾਅਦ ਆਹ ਇੱਕ ਸਰਾਕ ਕਰਕੇ ਨਟ ਲਵਾ ਲਿਆ ਹੈ ਨਾ, ਅਤੇ ਬਾਕੀ ਇਹ 'ਚ ਆਪਣਾ ਫਲੈਗ ਲਾ ਲੈਣਾ, ਅਤੇ ਬਾਕੀ ਹੁਣ ਅੱਧੀ ਤੇ ਅੱਧੀ ਤੋਂ ਜ਼ਿਆਦਾ ਤਿਆਰੀ ਹੋ ਚੁੱਕੀ ਹੈ ਨਾ, ਅਤੇ ਬਾਕੀ ਤਾਂ ਆਪਾਂ ਬਲੈਕ ਸਪਰੇ ਮਾਰ ਕੇ ਇਹਨੂੰ ਬਲੈਕ ਕਰ ਦਾਂਗੇ ਕਿ ਵਧੀਆ ਲੱਗੇ ਦੇਖਣ ਨੂੰ, ਹੁਣ ਇਹ ਜੰਗਾਲ ਜਿਹਾ ਲੱਗਿਆ ਵਧੀਆ ਨਹੀਂ ਲੱਗਦਾ ਹੈ ਨਾ, ਜੰਗਾਲ ਤਾਂ ਨਹੀਂ ਕਹਿ ਸਕਦੇ, ਲੋਹਾ ਹੁੰਦਾ ਹੀ ਇੱਦਾਂ ਦਾ, ਅਤੇ ਬਾਕੀ ਇਹ ਤਾਂ ਆਪਾਂ ਉਹ ਕਰਾ ਦਾਂਗੇ ਬਲੈਕ ਸਪਰੇ ਮਾਰ ਦਾਂਗੇ, ਅਤੇ ਬਾਕੀ ਕੱਲ੍ਹ ਆਪਾਂ ਇਹ 'ਤੇ ਲਾਈਟਾਂ ਲੁਟਾਂ ਵੀ ਲਾਵਾਂਗੇ, ਉਹ ਤੁਹਾਨੂੰ ਨੈਕਸਟ ਵਲੋਗ 'ਚ ਦਿਖਾਵਾਂਗੇ, ਅਤੇ ਬਾਕੀ ਫਿਰ ਅੱਜ ਦਾ ਵਲੋਗ ਆਪਾਂ ਉਹ ਹੀ ਐਂਡ ਕਰਦੇ ਹਾਂ, ਮਿਲਦੇ ਹਾਂ ਫਿਰ ਕਿਸੇ ਹੋਰ ਘੈਂਟ ਦੇ ਵਲੋਗ 'ਚ, ਟਿਲ ਦੈਨ ਟੇਕ ਕੇਅਰ, ਬਾਏ ਬਾਏ, ਲਵ ਯੂ ਆਲ, ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਸਬਸਕ੍ਰਾਈਬ ਕਰ ਦਿਓ ਜਲਦੀ ਜਲਦੀ, 10K ਹੋਣ ਵਾਲੇ ਆ, 10K ਸਬਸਕ੍ਰਾਈਬਰ ਕਰ ਦਿਓ, ਮਿਲਦੇ ਹਾਂ ਫਿਰ ਕੱਲ੍ਹ ਵਲੋਗ 'ਚ, ਕੱਲ੍ਹ ਦੇ ਵਲੋਗ, ਕੱਲ੍ਹ ਆਪਾਂ ਵਲੋਗ ਪਾ ਦਾਂਗੇ, ਆਹ ਵਲੋਗ ਤਾਂ ਆਪਾਂ ਅੱਜ ਹੀ ਪਾ ਦੇਣਾ ਹੈ ਨਾ, ਅਤੇ ਮਤਲਬ ਹੁਣ ਲਗਾਤਾਰ ਵਲੋਗ ਆਉਣਗੇ, ਬਸ ਤੁਸੀਂ ਲਾਈਕ ਅਤੇ ਸਬਸਕ੍ਰਾਈਬ ਕਰਦੇ ਰਹਿਣਾ, ਅਤੇ ਬਾਕੀ ਮਿਲਦੇ ਹਾਂ ਫਿਰ ਨੈਕਸਟ ਵਲੋਗ 'ਚ।